ਦੋਸਤੋ ਕੀ ਹਾਲ ਚਾਲ ਨੇ ਤੁਸੀਂ ਵੇਖਦੇ ਪਿਆਰ ਵਾਲਾ ਐਨੀਮਲ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਈਮ ਸਭ ਤੋਂ ਪਹਿਲਾਂ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਕਰੋ ਪ੍ਰੈਸ ਤਾਂ ਕਿ ਸਾਡੀ ਲੇਟੈਸਟ ਤੋਂ ਲੇਟੈਸਟ ਵੀਡੀਓ ਪਹੁੰਚਦੀ ਰਹੇ ਸਾਡੇ ਵੀਰਾਂ ਤੱਕ ਬਾਸਾਨੀ ਅਸੀਂ ਉਮੀਦ ਕਰਦੇ ਹਾਂ ਸਾਡੇ ਸਾਰੇ ਵੀਰ ਭਰਾ ਖੈਰੀਅਤ ਨਾਲ ਹੋਣਗੇ ਭਰਾਵਾਂ ਦੀ ਖਿਦਮਤ ਦੇ ਵਿੱਚ ਇੱਕ ਫਰੀਜ਼ਨ ਕਰਾਸ ਗਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਕੱਦ ਕਾਠ ਸੋਹਣਾ ਮਾਸ਼ਾਅੱਲਾ ਲਾਮ ਸੋਹਣੀ ਹੈ ਸਿਰੋਂ ਕੋਨੀ ਹੈ ਚਿੱਟੇ ਕਾਲੇ ਡੱਬਾਂ ਦੇ ਵਿੱਚ ਹੈਗੀ ਹੈ ਕੈਮਰਾਮੈਨ ਸਾਹਿਬ ਕਰਾਵਣਗੇ ਜਾਨਵਰ ਦੀਆਂ ਤਸੱਲੀਆਂ ਇਹ ਤੋਂ ਬਾਅਦ ਮਾਲਕਾਂ ਨਾਲ ਗੱਲਾਂ ਕਰਾਂਗੇ ਕੀ ਮੁਹੱਬਤਾਂ ਵਾਲੇ ਮੁੱਲ ਨੇ ਕਿੰਨਵੇਂ ਸੂਏ ਦੇ ਵਿੱਚ ਕਿੰਨਾ ਦੁੱਧ ਚੋਂਦੇ ਪਏ ਨੇ ਇਹ ਉਹਨਾਂ ਦੇ ਬਕੌਲ ਸੁਣਾਂਗੇ ਆਪਾਂ ਬਾਕੀ ਜੋ ਕੁਛ ਵੀ ਹੈਗਾ ਇਹ ਸੋਨਾ ਹੈ ਮਿੱਟੀ ਹੈ ਪਿੱਤਲ ਹੈ ਇਹ ਜਿਹੜੀ ਵੀ ਚੀਜ਼ ਹੈ ਕੈਮਰੇ ਦੀ ਅੱਖ ਨਾਲ ਵਿਖਾਈ ਜਾਏਗੀ ਅਗਾਂ ਲੈਣੇ ਦੇਣੇ ਹੁੰਦੇ ਨੇ ਜਿਹੜੇ ਉਹ ਮੁਕੱਦਰ ਹੁੰਦੇ ਨੇ ਸੌਦੇ ਨਸੀਬਾਂ ਨਾਲ ਅਤੇ ਦੁੱਧ ਪੁੱਤਰ ਵੀ ਨਸੀਬਾਂ ਨਾਲ ਕੈਮਰਾਮੈਨ ਸਾਹਿਬ ਕਰਾਓ ਜਾਨਵਰ ਦੀਆਂ ਤਸੱਲੀਆਂ ਤਸੱਲੀਆਂ ਤੁਸੀਂ ਕਰਾਉਣੀਆਂ ਨੇ ਅਗਾਂ ਪਸੰਦ ਵੀਰਾਂ ਭਰਾਵਾਂ ਨੇ ਆਪ ਕਰਨਾ ਹੈ ਕੈਮਰਾਮੈਨ ਸਾਹਿਬ ਪੂਰੀ ਤਸੱਲੀ ਕਰਾਇਆ ਕਰੋ ਜਾਨਵਰ ਵਿਖਾਵਣ 'ਚ ਕਮੀ ਨਾ ਰਹੇ ਅਗਾਂ ਲੈਣੇ ਦੇਣੇ ਮੁਕੱਦਰ ਸੌਦੇ ਨਸੀਬਾਂ ਨਾਲ ਮਾਸ਼ਾਅੱਲਾ ਹਵਾਨਾ ਸੋਹਣਾ ਹੈਗਾ ਕੈਮਰੇ ਦੀ ਨਜ਼ਰ ਕਰ ਦਿੰਦੇ ਹਾਂ ਅਸੀਂ ਪੂਰੀ ਤਸੱਲੀ ਕੈਮਰੇ ਦੀ ਅੱਖਣਾ ਕਰਾ ਦਿੰਦੇ ਹਾਂ ਤਾਂ ਕਿ ਕੋਈ ਵੀਰ ਭਰਾ ਇਹ ਨਾ ਕਵੇ ਵੀ ਕੈਮਰੇ ਦੀ ਅੱਖਣਾ ਤਸੱਲੀ ਨਹੀਂ ਹੋਈ ਕਿਉਂਕਿ ਜਾਨਵਰ ਵਿਖਾਉਣਾ ਸਾਡਾ ਫਰਜ਼ ਹੈ ਕਿਉਂਕਿ ਵੀਰ ਭਰਾ ਇਹ ਨਾ ਕਰਨ ਵੀ ਸਾਨੂੰ ਆਰਿਫਵਾਲਾ ਐਨੀਮਲ ਟੀਵੀ 'ਤੇ ਅਸੀਂ ਜਾਨਵਰ ਵੇਖਿਆ ਸਾਨੂੰ ਉਹਨਾਂ ਦੀ ਅੱਛੀ ਤਰ੍ਹਾਂ ਤਸੱਲੀ ਨਹੀਂ ਕਰਾਈ ਅਸੀਂ ਹਰ ਮੁਮਕਿਨ ਕੋਸ਼ਿਸ਼ ਕਰੀ ਦੀਏ ਕਿ ਭਰਾਵਾਂ ਨੂੰ ਜਾਨਵਰ ਦੀ ਪੂਰੀ ਤਸੱਲੀ ਕਰਾ ਦਈਏ ਕੱਦ ਕਾਠ ਲਾਮ ਪੂਰੀ ਤਸੱਲੀ ਨਾਲ ਜਾਨਵਰ ਦੀ ਕਰਾਈ ਜੀ ਤਾਂ ਕਿ ਕੋਈ ਵੀ ਭਰਾਵਾਂ ਦੇ ਦਿਲ 'ਚ ਸ਼ੱਕ ਸ਼ੁਬਾ ਨਾ ਰਹੇ ਜੀ ਅਗਾਂ ਪਸੰਦ ਵੀਰਾਂ ਭਰਾਵਾਂ ਨੇ ਆਪ ਕਰਨੀ ਹੁੰਦੀ ਏ ਇਹ ਗਾਂ ਜੀ ਸੂਹਣ ਵਾਲੀ ਏ ਕਿੰਨੇ ਦਿਨ ਲੈਂਦੀ ਏ ਇਹ ਮਾਲਕਾਂ ਕੋਲ ਆਪਾਂ ਪੁੱਛਾਂਗੇ ਬਾਕੀ ਜਿਹੜਾ ਕੁਛ ਵੀ ਹੁੰਦਾ ਉਹ ਕੈਮਰੇ ਦੀ ਨਜ਼ਰ ਹੁੰਦਾ ਅੱਲਾ ਦੇ ਖਾਸ ਫਜ਼ਲ ਨਾਲ ਜੀ ਅਨਮੋਲ ਅਤੇ ਹਸੀਨ ਜਾਨਵਰ ਹਮੇਸ਼ਾ ਅਰਿਫਵਾਲਾ ਐਨੀਮਲ ਟੀਵੀ ਦੀ ਜ਼ੀਨਤ ਰਹੇ ਨੇ ਭਰਾਵਾਂ ਦੀ ਖਿਦਮਤ ਦੇ ਵਿੱਚ ਤੁਹਾਡਾ ਭਰਾ ਹਮੇਸ਼ਾ ਅਨਮੋਲ ਅਤੇ ਹਸੀਨ ਜਾਨਵਰ ਲੈ ਕੇ ਆਉਂਦਾ ਤਾਂ ਕਿ ਸਾਡੇ ਵੀਰ ਭਰਾ ਅਨਮੋਲ ਅਤੇ ਹਸੀਨ ਜਾਨਵਰ ਖਰੀਦਦੇ ਰਹਿਣ ਅਸੀਂ ਆਪਦੀ ਲੋਕੇਸ਼ਨ ਆਪਦੇ ਭਰਾਵਾਂ ਨਾਲ ਸ਼ੇਅਰ ਕਰ ਦਿੰਦੇ ਹਾਂ ਤਹਿਸੀਲ ਅਰਿਫਵਾਲਾ ਜ਼ਿਲ੍ਹਾ ਪਾਕਪਤਨ ਸ਼ਰੀਫ ਹੈ ਜੀ ਸਾਡਾ ਕੈਮਰੇ ਦੀ ਨਜ਼ਰ ਨਾਲ ਕਰੋ ਜਾਨਵਰ ਦੀਆਂ ਤਸੱਲੀਆਂ ਕਿਉਂਕਿ ਵੀਰ ਭਰਾ ਇਹ ਨਾ ਕਣਵਣ ਵੀ ਅਨਮੋਲ ਅਤੇ ਹਸੀਨ ਜਾਨਵਰ ਤਸੱਲੀ ਨਾਲ ਨਹੀਂ ਵਿਖਾਇਆ ਗਿਆ ਅੱਲਾ ਦੇ ਖਾਸ ਫਜ਼ਲ ਨਾਲ ਜਿਹੜੀ ਵੀ ਸ਼ੈ ਲੈ ਕੇ ਆਈ ਦੀ ਏ ਮੁਨਫਰਦ ਦੀ ਲੈ ਕੇ ਆਈ ਦੀ ਤਾਂ ਕਿ ਸਾਡੇ ਵੀਰ ਭਰਾ ਅਨਮੋਲ ਅਤੇ ਹਸੀਨ ਅਤੇ ਮੁਨਫਰਦ ਜਾਨਵਰ ਖਰੀਦਦੇ ਰਹਿਣ ਭਾਅ ਜੀ ਟੋਰੋ ਇਹਨੂੰ ਟੁਰਦਾ ਫਿਰਦਾ ਜਾਨਵਰ ਵੀਰਾਂ ਭਰਾਵਾਂ ਨੂੰ ਤਾਂ ਤਸੱਲੀ ਕਰਾਈ ਦੀਏ ਵੀ ਵੀਰ ਭਰਾ ਟੁਰਦਾ ਫਿਰਦਾ ਜਾਨਵਰ ਵੇਖ ਲੈਣ ਜਾਨਵਰ ਦੇ ਟੁਰਨ 'ਚ ਕੋਈ ਮਸਲਾ ਮਸੈਲ ਕੋਈ ਪੈਰ 'ਚ ਕੰਡਾ ਕੁੰਡਾ ਤਾਂ ਨਹੀਂ ਲੱਗਾ ਜਾਨਵਰ ਟੁਰਨੋਂ ਤਾਂ ਨਹੀਂ ਆਵਾਜ਼ਾਰ ਤਾਂ ਹੀ ਉਹ ਪੂਰੀ ਤਸੱਲੀ ਨਾਲ ਜਾਨਵਰ ਦੀ ਤਸੱਲੀ ਕਰਾ ਦਈਏ ਤਾਂ ਕਿ ਸ਼ੱਕ ਸ਼ੁਬੇ ਜਿਹੜੇ ਹੈਗੇ ਨੇ ਵੀਰਾਂ ਭਰਾਵਾਂ ਦੇ ਉਹ ਸਾਰੇ ਨਿਕਲ ਜਾਣ ਇਨਸ਼ਾਅੱਲਾ ਜਿਹੜੀ ਵੀ ਚੀਜ਼ ਹੋਏਗੀ ਅਨਮੋਲ ਅਤੇ ਹਸੀਨ ਹੋਏਗੀ ਤਾਂ ਕਿ ਸਾਡੇ ਵੀਰ ਭਰਾ ਅਰਿਫਵਾਲਾ ਤੋਂ ਜਿਹੜਾ ਵੀ ਜਾਨਵਰ ਅਨਮੋਲ ਅਤੇ ਹਸੀਨ ਲੈ ਕੇ ਜਾਣ ਵੀਰ ਭਰਾ ਇਹ ਨਾ ਕਣ ਵੀ ਜਾਨਵਰ ਅਨਮੋਲ ਨਹੀਂ ਸੀ ਜਾਂ ਜਾਨਵਰ ਵਿਖਾਇਆ ਨਹੀਂ ਗਿਆ ਤਸੱਲੀ ਨਾਲ ਅੱਲਾ ਦੇ ਖਾਸ ਫਜ਼ਲ ਨਾਲ ਜਿਹੜਾ ਵੀ ਜਾਨਵਰ ਲੈ ਕੇ ਆਈਦਾ ਮੁਨਫਰਦ ਅਤੇ ਹਸੀਨ ਅਤੇ ਖੂਬਸੂਰਤ ਲੈ ਕੇ ਆਈਦਾ ਜੀ ਇੱਕ ਤੋਂ ਇੱਕ ਵੱਧ ਕੇ ਜਾਨਵਰ ਲੈ ਕੇ ਆਈਦਾ ਤਾਂ ਕਿ ਸਾਡੇ ਵੀਰ ਭਰਾ ਇੱਕ ਤੋਂ ਇੱਕ ਵੱਧ ਜਾਨਵਰ ਖਰੀਦਦੇ ਰਹਿਣ ਬਸ ਲੈ ਆਓ ਜੀ ਟੁਰਦਾ ਫਿਰਦਾ ਜਾਨਵਰ ਵਿਖਾਉਣ ਦਾ ਮਕਸਦ ਹੁੰਦਾ ਵੀ ਵੀਰ ਭਰਾ ਟੁਰਦਾ ਫਿਰਦਾ ਜਾਨਵਰ ਵੇਖ ਲੈਣ ਜਾਨਵਰ ਦੇ ਟੁਰਨ 'ਚ ਕੋਈ ਮਸਲਾ ਮਸਾਇਲ ਤਾਂ ਨਹੀਂ ਹੈਗਾ ਅੱਲਾ ਦੇ ਖਾਸ ਫਜ਼ਲ ਨਾਲ ਇਹ ਜ਼ਿੰਮੀਦਾਰਾ ਭਾਈ ਨੇ ਜੀ ਜਿਨ੍ਹਾਂ ਕੋਲ ਗਾਂ ਖੜੀ ਹੈ ਉਹਨਾਂ ਨੇ ਸੇਲ ਕਰਨੀ ਹੈ ਬਸ ਇਸੇ ਵਜ੍ਹਾ ਤੋਂ ਉਹਨਾਂ ਨੇ ਫੋਨ ਕੀਤਾ ਮੈਂ ਕਿਹਾ ਚਲੋ ਭਰਾ ਦੀ ਵੀਡੀਓ ਕਿਉਂਕਿ ਅਨਮੋਲ ਅਤੇ ਹਸੀਨ ਜਾਨਵਰ ਹੈ ਭਰਾਵਾਂ ਦਾ ਅਨਮੋਲ ਅਤੇ ਹਸੀਨ ਜਾਨਵਰ ਭਰਾਵਾਂ ਨੂੰ ਲੈ ਦਈਏ ਆਓ ਤੁਹਾਨੂੰ ਮਾਲਕਾਂ ਨਾਲ ਗੱਲਾਂ ਕਰਾਉਣੇ ਕੀ ਮੁਹੱਬਤਾਂ ਵਾਲੇ ਮੁੱਲ ਨੇ ਉਹਨਾਂ ਕੋਲ ਪੁੱਛਣੇ ਆ ਜੀ ਬਾਕੀ ਜਿਹੜੇ ਹੁੰਦੇ ਨੇ ਲੈਣੇ ਦੇਣੇ ਹੁੰਦੇ ਨੇ ਉਹ ਮੁਕੱਦਰ ਹੁੰਦੇ ਨੇ ਸੌਦੇ ਨਸੀਬਾਂ ਨਾਲ ਹੁੰਦੇ ਨੇ ਦੁੱਧ ਪੁੱਤਰ ਵੀ ਨਸੀਬਾਂ ਨਾਲ ਨੇ ਦੁੱਧ ਪੁੱਤਰ ਜਿਹੜਾ ਹੈ ਜੀ ਨਸੀਬ ਨਾਲ ਇਹ ਕੋਈ ਵੀਰ ਭਰਾ ਕਹਿੰਦੇ ਨੇ ਵੀ ਦੁੱਧ ਇੰਨਾ ਨਹੀਂ ਹੁੰਦਾ ਭੈਣ ਇਹ ਨਸੀਬ ਹੈ ਹਰ ਬੰਦੇ ਦਾ ਬਖਤ ਹੈ ਜੀ ਸਲਾਮ ਅਲੈਕੁਮ ਜੀ ਪਿਛਲੇ ਸੂਏ ਦੇ ਵਿੱਚ ਗਾਂ ਕੋਲ ਵੱਛੀ ਸੀ ਤੇ ਕਿੰਨਾ ਦੁੱਧ ਚੋਂਦੇ ਰਹਿ ਜੇ ਜਿਹੜਾ ਕੋਈ ਗੱਲ ਹੋਵੇ ਤੇ ਜੈਨਮਨ ਹੋਵੇ ਤੇ ਕੋਈ ਗਲਤ ਗੱਲ ਨਾ ਹੋਵੇ ਜੀ 16 ਤੋਂ 17 ਲੀਟਰ ਚੋਂਦੇ ਰਹੇ ਬਗੈਰ ਖਲ ਵੰਡੇ ਤੋਂ ਖਲ ਵੰਡੇ ਤੋਂ 16-17 ਲੀਟਰ ਚੋਂਦੇ ਰਹੇ ਜੀ ਬਿਲਕੁਲ ਠੀਕ ਖਲ ਵੰਡਾ ਨਹੀਂ ਪਾਇਆ ਨਹੀਂ ਪਾਇਆ ਹੀ ਨਹੀਂ ਗਿਆ ਠੀਕ ਹੈ ਪਾਇਆ ਪਹੁੰਚ ਨਹੀਂ ਬਣੀ ਪਹੁੰਚ ਹੀ ਨਹੀਂ ਬਣੀ ਖਲ ਵੰਡੇ ਦੀ ਭਾਈ ਜੀ ਉਹ ਕਹਿੰਦੇ ਨੇ ਪਹੁੰਚ ਹੀ ਨਹੀਂ ਬਣੀ 16-17 ਲੀਟਰ ਦੁੱਧ ਪਹਿਲੇ ਸੂਏ ਦੇ ਵਿੱਚ ਚੋਂਦੇ ਰਹੇ ਨੇ ਠੀਕ ਹੈ ਇਹਦਾ ਕੀ ਮੁਹੱਬਤ ਵਾਲਾ ਮੁੱਲ ਜਿਹੜੇ ਕੋ ਰੁਪਈਏ ਆਪਾਂ ਲੈਣੇ ਨੇ ਬਾਕੀ ਇਹ ਨਾ ਹੋਵੇ ਵੀ ਮੁੱਲ ਮੰਗ ਕੇ ਸਾਨੂੰ ਡਰਾ ਦੇਵੇਂ ਗਾਂ ਦੀ ਤੇਰੀ ਦੀ ਤਾਰੀਫ ਕਰਦੀ ਅਤੇ ਤੂੰ ਆਖਿਆ ਵੀ ਮੁੱਲ ਬੜਾ ਮੰਗ ਲਵੇਂ ਮੁੱਲ ਨਹੀਂ ਤਾਂ ਤਾਰੀਫ ਦਾ ਮੁੱਲ ਨਹੀਂ ਪਾਉਣਾ ਬਾਕੀ ਗਾਂ ਦਾ ਮੁੱਲ ਪਾ ਲਾਲ ਦਾ ਮੰਗਾਂ ਦੇ 3 ਲੱਖ ਰੁਪਏ ਲੈਂਦੇ ਹਾਂ
3 lakh ਰੁਪਈਆ ਫਿਰ ਮੈਕ ਵੀ ਤੂੰ ਰੱਖ ਲੈ, ਕੈਮਰਾਮੈਨ ਵੀ ਮੈਂ ਤੈਨੂੰ ਫ੍ਰੀ ਚ ਦੇ ਦੇਣਾ, ਇਹ ਤਾਂ ਅੱਗੇ ਘਰੋਂ ਚਾਲੂ ਹੈ, ਚਲੋ ਤੈਨੂੰ ਦਿੱਤਾ, ਬਿਲਕੁਲ ਠੀਕ ਹੋ ਗਿਆ, ਕੋਈ ਗੱਲ ਮੁਹੱਬਤ ਪਿਆਰ ਕਰੇ ਵੀ ਨਾ, ਮੁਹੱਬਤ ਵਾਲੀ ਗੱਲ ਕੋਈ ਨਹੀਂ ਦੇ, ਨਹੀਂ ਪੂਰਾ ਰੇਟ ਮੰਗਿਆ, 3 lakh ਰੁਪਈਆ ਪੂਰਾ ਰੇਟ ਨਹੀਂ ਹੁੰਦਾ, 3 lakh ਪੂਰਾ ਰੇਟ ਹੁੰਦਾ ਤੇ ਮੈਂ ਤੈਨੂੰ ਕਹਿਣਾ ਹੀ ਨਹੀਂ ਸੀ ਵੀ ਯਾਰ ਮੈਂ ਕਹਿੰਦਾ ਭਾਈ ਜੀ ਮੈਨੂੰ ਪਤਾ ਹੈ ਨਾ ਮਾਲਕ ਮੁਹੱਬਤ ਪਿਆਰ ਵਾਲੀ ਗੱਲ ਕਰ, ਫਾਈਨਲ ਜਿਹੜੀ ਕੋਈ ਫਾਈਨਲ ਜੀ ਗੱਲ ਇਹ ਵੀ ਕੋਈ 10-5 ਦੇ ਵਿੱਚੋਂ ਕਮੀ ਹੋ ਸਕਦੀ ਹੈ, 10-5 ਤੇ 15 ਹੋ ਗਿਆ ਇਹ, ਨਹੀਂ ਜਾਂ 5 ਜਾਂ 10 ਨਹੀਂ 5-10 ਨਹੀਂ ਰਹੇ, ਛੱਡ ਨਾ ਗਏ ਨਾ ਘਰ, ਛੱਡ ਨਾ ਵੀ ਹੁਣ 10-5 ਛੱਡ, ਕੁਛ ਛੱਡਣ ਵਾਲੀ ਗੱਲ, ਚਲੋ ਛੱਡਣ ਵਾਲੀ ਗੱਲ ਹੋ ਗਈ, ਕਿੰਨੇ ਪੈਸੇ ਜੀ? 15,000 ਰੁਪਏ, 15,000, 2 lakh ਤੇ 85,000 ਰੁਪਏ, 85,000, ਹੋਰ ਕੋਈ ਗੁੰਜਾਇਸ਼ ਕੱਢ ਲੈ, ਕੋਈ ਲਾੜ ਪਿਆਰ, ਕੋਈ ਸਾਡੇ ਆਇਆਂ ਦੀ ਦੀਦ, ਕੋਈ ਸਾਨੂੰ ਵੇਖ ਕੇ ਤੁਹਾਡੇ ਲਈ ਪਿਆਰ ਕੀਤਾ ਇਹਨਾਂ, ਸਾਡੇ ਆਇਆਂ ਦੀ ਦੀਦ, ਉਹ ਤਾਂ ਤੂੰ ਛੱਡਤਾ ਆਪਦੀ ਖੁਸ਼ੀ ਨਾਲ, ਤੇਰੀ ਗੱਲ ਹੈ, ਹੋਰ ਸਾਡੇ ਆਇਆਂ ਦੀ ਕਿੰਨੀ ਦੀਦ, ਤੁਹਾਡੇ ਆਇਆਂ ਦੀ ਇੰਨੀ ਦੀਦ ਕੀਤੀ ਖਲੇ, ਨਹੀਂ ਯਾਰ ਸਾਡੇ ਕੀ ਕਰੀਏ, ਕੋਈ ਸਾਡੇ ਐਸ ਤੁਸੀਂ ਕਰਨਾ ਹੈ, ਮੁਹੱਬਤ ਪਿਆਰ ਤੁਸੀਂ ਕਰਨਾ ਵੀਰ ਭਰਾਵਾਂ ਨਾਲ, ਲਾੜ ਪਿਆਰ ਕਰ, ਕੋਈ ਉਧਾਰ ਦੋ ਹੋਰ ਘੱਟ ਕਰ ਲਓ, ਇਹੀ ਹੋ ਸਕਦਾ, ਉਧਾਰ 2,000 ਦਾ ਭਾਈਜਾਨ ਮਨੀਰ ਸਾਹਿਬ ਛੱਡਣ ਦਾ ਕੀ ਹੁੰਦਾ, ਉਹ ਤਾਂ ਬੰਦਾ ਐਵੇਂ ਜਵਾਕ ਵੀ ਖਾ ਜਾਂਦੇ ਨੇ, ਤੁਹਾਡੀ ਗੱਲ ਬਜਾਏ, ਲੇਕਿਨ ਜਿੰਨੀ ਗੁੰਜਾਇਸ਼ ਉਹਨੇ ਛੱਡਣ, ਮਾਲ ਦਾ ਮੁੱਲ ਲੈਣਾ, ਹੁਣ ਕੁਛ ਇਹ ਇੰਨੀ ਕੁ ਫਾਈਨਲ ਜੀ ਗੱਲ ਕਰ ਵੀ ਮੈਂ ਇੰਨਾ ਕਰ, ਵੀਡੀਓ ਲੰਮੀ ਨਾ ਕਰੀਏ, ਆਪਾਂ ਵੀਡੀਓ ਬੰਦ ਕਰੀਏ ਤੇ ਭਰਾਵਾਂ ਤੋਂ ਇਜਾਜ਼ਤ ਲਈਏ, 2 lakh ਤੇ 80,000 ਰੁਪਏ ਫਾਈਨਲ ਰੇਟ ਹੈ, ਹੋਰ ਕੋਈ ਗੁੰਜਾਇਸ਼ ਹੈਗੀ? ਕੋਈ ਗੁੰਜਾਇਸ਼ ਨਹੀਂ, ਬਸ ਕੈਮਰਾਮੈਨ ਸਾਹਿਬ ਨੇ ਜਾਨਵਰ ਦੀ ਤਸੱਲੀ ਕਰਾਤੀ, ਮਾਲਕਾਂ ਦੀ ਡਿਮਾਂਡ ਹੈ ਜੀ 3 lakh ਰੁਪਈਆ, ਉਹਨਾਂ ਕਿਹਾ ਜੀ 2 lakh ਤੇ 80,000 ਚ ਦਿਆਂਗੇ, ਜਿਸ ਵੀਰ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ, ਜਾਨਵਰ ਖਰੀਦਣਾ ਚਾਹੁੰਦਾ ਹੋਵੇ, ਸਾਡਾ ਰਾਬਤਾ ਨੰਬਰ ਤੇ ਵਟਸਐਪ ਨੰਬਰ ਹੈ 0300 ਪੂਰਾ 2793 0300 ਪੂਰਾ 2793 ਨੰਬਰ ਸਕਰੀਨ ਤੇ ਵੀ ਚੱਲਦਾ ਪਿਆ ਹੁੰਦਾ ਹੈ, ਮਿਲਾਂਗੇ ਇਨਸ਼ਾਅੱਲਾ ਬਹੁਤ ਜਲਦ ਇੱਕ ਹੋਰ ਨਈ ਵੀਡੀਓ ਨਾਲ, ਉਦੋਂ ਤੱਕ ਆਪਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਗਿਆ, ਅੱਲਾ ਨਿਗਹਿਬਾਨ।